ਵੇਖ ਕੇ ਤੂੰ ਤੇਰੇ ਸੁੱਖਾਂ ਨੇ ਖਾਂ ਵੇਖਣ ਲੱਗ ਪਈ ਏ। ਓ ਝੂਠਾ ਨਹੀਂ ਸ਼ੇਰੂ, ਅੱਖਾਂ ਖੋਲ ਕੇ ਇਹਨਾਂ ਵਪਾਰੀਆਂ ਨੂੰ ਪਛਾਣ ਬੇ। ਅਸਲਾਮ ਅਲੈਕੁਮ, ਹੱਸਦੇ ਰਹੋ ਵਸਦੇ ਰਹੋ। ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਬੜੀ ਹੀ ਜ਼ਬਰਦਸਤ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਹੇ ਹਾਂ, ਔਰ ਇਹ ਫਿਲਮ YouTube ਤੇ ਮੌਜੂਦ ਨਹੀਂ ਹੈ, ਔਰ ਅਦਾਕਾਰ ਰੰਗੀਲੇ ਜੀ ਬੜੀ ਹੀ ਜ਼ਬਰਦਸਤ ਮਿਊਜ਼ੀਕਲ ਕਲਾਸੀਕਲ ਮਿਊਜ਼ੀਕਲ ਫਿਲਮ ਹੈ। ਕਹਾਣੀ ਬੜੀ ਜ਼ਬਰਦਸਤ ਹੈ, ਇਹਦਾ ਮਿਊਜ਼ਿਕ ਵੀ ਬੜਾ ਸ਼ਾਨਦਾਰ ਹੈ। ਇਸ ਫਿਲਮ ਦੇ ਅਦਾਕਾਰ ਹਨ ਰੰਗੀਲਾ, ਆਸੀਆ, ਅਫਜ਼ਲ ਖਾਨ, ਸਾਇਕਾ, ਅਲਾਉਦੀਨ, ਮਜੀਦ ਜ਼ਰੀਫ। ਹਦਾਇਤਕਾਰ ਰੰਗੀਲਾ, ਫਿਲਮ ਸਾਜ਼ ਰੰਗੀਲਾ। ਇਹਦੀ ਕਹਾਣੀ ਲਿਖੀ ਹੈ ਜਲੀਲ ਅਫਗਾਨੀ ਨੇ, ਅਤੇ ਇਹਦਾ ਮਿਊਜ਼ਿਕ ਦਿੱਤਾ ਹੈ ਰੰਗੀਲਾ, ਕਮਾਲ ਅਹਿਮਦ ਅਤੇ ਨਜ਼ੀਰ ਅਲੀ ਨੇ। ਯਾਨੀ ਕਿ ਤਿੰਨਾਂ ਮਿਊਜ਼ਿਕ ਡਾਇਰੈਕਟਰਾਂ ਨੇ ਇਸ ਫਿਲਮ ਦਾ ਮਿਊਜ਼ਿਕ ਦਿੱਤਾ ਹੈ। ਇਸ ਫਿਲਮ ਦੀ ਨਾ ਸਿਰਫ ਕਹਾਣੀ ਸ਼ਾਨਦਾਰ ਹੈ ਬਲਕਿ ਇਹਦਾ ਮਿਊਜ਼ਿਕ ਵੀ ਬੜਾ ਸ਼ਾਨਦਾਰ ਹੈ। ਇਹਦੇ ਸਾਰੇ ਗਾਣੇ ਸੁਪਰ ਦੁਪਰ ਹਿੱਟ ਸਨ। 8 ਨਵੰਬਰ 1972 ਫਿਰੋਜ਼ ਬੁੱਧ ਈਦ ਉਲ ਅਜ਼ਹਾ ਦੇ ਮੌਕੇ 'ਤੇ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਦੋ ਰੰਗੀਲੇ। ਇਸ ਫਿਲਮ ਦੇ ਅੰਦਰ ਅਦਾਕਾਰ ਰੰਗੀਲਾ ਨੇ ਡਬਲ ਪਾਰਟ ਅਦਾ ਕੀਤਾ ਸੀ, ਔਰ ਇਸ ਫਿਲਮ ਦੇ ਜੈਸੇ ਮੈਂ ਤੁਹਾਨੂੰ ਦੱਸਿਆ ਗਾਣੇ ਬੜੇ ਸ਼ਾਨਦਾਰ ਸਨ, ਗਾਣੇ ਬੜੇ ਹਿੱਟ ਸਨ, ਔਰ 6 ਜਿਹੜੇ ਗਾਣੇ ਸਨ ਸਭ ਸੁਪਰ ਦੁਪਰ ਹਿੱਟ ਸਨ। ਸਭ ਤੋਂ ਪਹਿਲਾਂ ਸੀ ਵੇ ਮੈਂ ਦਿਲ ਤੇਰੇ ਕਦਮਾਂ ਵਿੱਚ ਰੱਖਿਆ, ਲੋਕੋ ਵੇ ਲੋਕੋ ਇਸ ਮੁੰਡੇ ਨੂੰ ਰੋਕੋ, ਸੁਣ ਮੇਰੇ ਪੱਪੂ ਸੁਣ ਮੇਰੇ ਕੁੱਕੂ, ਸਜਣਾ ਏ ਮਹਿਫਿਲ ਅਸਾਂ ਤੇਰੇ ਲਈ ਸਜਾਈਏ, ਸਜਣਾ ਏ ਮਹਿਫਿਲ ਅਸਾਂ ਤੇਰੇ ਲਈ, ਟੁੱਟ ਗਏ ਅੱਜ ਮੇਰੇ ਦਿਲ ਦੇ ਤਾਰ, ਟੁੱਟ ਗਏ ਅੱਜ ਮੇਰੇ ਦਿਲ ਦੇ ਤਾਰ, ਤੈਨੂੰ ਲੱਭਿਆ ਗਵਾ ਕੇ ਜੱਗ ਸਾਰਾ, ਰੰਗੀਲਾ ਨੇ ਉਸ ਫਿਲਮ ਦੇ ਅੰਦਰ ਬੜਾ ਹੀ ਸ਼ਾਨਦਾਰ ਕੰਮ ਕੀਤਾ ਹੈ। ਔਰ ਨਾ ਸਿਰਫ ਰੰਗੀਲਾ ਇਸ ਫਿਲਮ ਦਾ ਹੀਰੋ ਸੀ ਬਲਕਿ ਇਸ ਫਿਲਮ ਦਾ ਹਦਾਇਤਕਾਰ ਵੀ ਸੀ, ਫਿਲਮ ਸਾਜ਼ ਵੀ ਸੀ, ਮੌਸੀਕਾਰ ਵੀ ਸੀ, ਔਰ ਇਸ ਤੋਂ ਇਲਾਵਾ ਰੰਗੀਲੇ ਨੇ ਇਸ ਫਿਲਮ ਦੇ ਅੰਦਰ ਗੁਲਕਾਰੀ ਵੀ ਕੀਤੀ ਹੈ। ਦੋ ਗਾਣੇ ਜਿਹੜੇ ਸਨ ਉਹ ਰੰਗੀਲੇ ਦੀ ਆਵਾਜ਼ ਵਿੱਚ ਸਨ, ਸੁਣ ਮੇਰੇ ਕੁੱਕੂ ਅਤੇ ਸੁਣ ਮੇਰੇ ਪੱਪੂ, ਟੁੱਟ ਗਏ ਅੱਜ ਮੇਰੇ ਦਿਲ ਦੇ ਤਾਰ। ਇਸ ਫਿਲਮ ਦੇ ਜਿਹੜਾ ਨਾ ਦੋ ਪੁਰਸ਼ਨ ਸਨ, ਇੱਕ ਜਿਹੜਾ ਸੀ ਅਫਜ਼ਲ ਖਾਨ ਔਰ ਸਾਇਕਾ ਵਾਲਾ ਸੀ, ਔਰ ਇੱਕ ਪੁਰਸ਼ਨ ਜਿਹੜਾ ਰੰਗੀਲੇ ਔਰ ਆਸੀਆ ਦਾ ਸੀ। ਰੰਗੀਲੇ ਨੇ ਸਿੰਘ ਦੇ ਅੰਦਰ ਸ਼ੇਰੂ ਦਾ ਕਿਰਦਾਰ ਅਦਾ ਕੀਤਾ ਹੈ, ਜਿਹੜਾ ਇੱਕ ਐਕਟਰ ਟਾਈਪ ਬੰਦਾ ਹੁੰਦਾ ਹੈ ਔਰ ਬਿਲਕੁਲ ਬੇਕਾਰ ਹੁੰਦਾ ਹੈ, ਔਰ ਐਕਟਿੰਗ ਤੋਂ ਇਲਾਵਾ ਉਸਨੂੰ ਕੋਈ ਕੰਮ ਨਹੀਂ ਹੁੰਦਾ। ਮਲੇ ਜੇ ਬੱਚੇ ਇਕੱਠੇ ਕਰਕੇ ਐਕਟਿੰਗ ਕਰਦਾ ਹੈ, ਮਾਂ ਉਹਦੇ ਕੋਲੋਂ ਬੜੀ ਤੰਗ ਆਉਂਦੀ ਹੈ। ਉਹਦੀ ਭੈਣ ਦੀ ਸ਼ਾਦੀ ਆਉਂਦੀ ਹੈ ਪਰ ਜਹੇਜ਼ ਦੀ ਵਜ੍ਹਾ ਤੋਂ ਬਰਾਤ ਵਾਪਸ ਚਲੀ ਜਾਂਦੀ ਹੈ, ਮਾਂ ਉਹਨੂੰ ਮਾਰਦੀ ਹੈ, ਔਰ ਰੰਗੀਲਾ ਸਭ ਕੁਝ ਛੋੜ ਕੇ ਸ਼ਹਿਰ ਜਾਣ ਦਾ ਇਰਾਦਾ ਕਰਦਾ ਹੈ ਕਿ ਉਹ ਸ਼ਹਿਰ ਜਾਏਗਾ, ਉੱਥੇ ਜਾ ਕੇ ਮਜ਼ਦੂਰੀ ਕਰੇਗਾ ਔਰ ਪੈਸੇ ਭੇਜੇਗਾ। ਔਰ ਜਦੋਂ ਉਹ ਸ਼ਹਿਰ ਜਾ ਰਹੇ ਹੁੰਦੇ ਆ, ਅੱਗੇ ਇੱਕ ਫਿਲਮ ਦੀ ਸ਼ੂਟਿੰਗ ਹੋ ਰਹੀ ਹੁੰਦੀ ਹੈ, ਆਸੀਆ ਅਤੇ ਰੰਗੀਲਾ ਜਿਹੜਾ ਦੂਸਰਾ ਹੁੰਦਾ ਉਹ ਰਿਕਾਰਡਿੰਗ ਕਰਾ ਰਹੇ ਹੁੰਦੇ। ਸ਼ੂਟਿੰਗ ਦੇ ਦੌਰਾਨ ਰੰਗੀਲਾ ਜਿਹੜਾ ਹੁੰਦਾ ਇੱਕ ਹੱਥ ਸੀਨ ਕਰਨ ਤੋਂ ਬਾਅਦ ਚਲਾ ਜਾਂਦਾ, ਔਰ ਸੈੱਟ ਲੱਗਿਆ ਹੁੰਦਾ, ਡਾਇਰੈਕਟਰ ਬੜਾ ਹੀ ਪਰੇਸ਼ਾਨ ਹੁੰਦਾ, ਉਹਨੂੰ ਰੰਗੀਲਾ ਨਜ਼ਰ ਆ ਜਾਂਦਾ ਯਾਨੀ ਸ਼ੇਰੂ ਨਜ਼ਰ ਆ ਜਾਂਦਾ, ਉਹਦੇ ਕੋਲੋਂ ਉਹ ਸੀਨ ਕਰਵਾ ਲੈਂਦੇ ਨੇ। ਔਰ ਸ਼ਾਦੀ ਦਾ ਸੀਨ ਹੁੰਦਾ, ਨਿਕਾਹ ਦਾ ਸੀਨ ਹੁੰਦਾ, ਔਰ ਜਦੋਂ ਨਿਕਾਹ ਹੁੰਦਾ ਤਾਂ ਰੰਗੀਲਾ ਜਿਹੜਾ ਸ਼ੇਰੂ ਹੁੰਦਾ ਉੱਥੇ ਰੱਬੜ ਪਾ ਦਿੰਦਾ ਕਿ ਮੈਂ ਤਾਂ ਵੋਟ ਹੀ ਲੈ ਕੇ ਜਾਣੀ ਹੈ। ਆਖਰ ਉਹ ਸਾਰੇ ਮਨਸੂਬਾ ਬਣਾਉਂਦੇ ਔਰ ਕਹਿੰਦੇ ਨੇ ਕਿ ਸ਼ੇਰੂ ਕੱਲ੍ਹ ਤੂੰ ਬਰਾਤ ਲੈ ਕੇ ਆਈ ਅਤੇ ਇੱਥੇ ਅਸੀਂ ਆਵਾਂਗੇ ਤਾਂ ਤੂੰ ਅੱਗੇ ਆਪਣੀ ਵੋਟ ਹੀ ਲੈ ਕੇ ਜਾਈ। ਉਹ ਕਾਰ ਜਾਂਦਾ, ਕਾਰ ਜਾ ਕੇ ਮਾਂ ਉਹਨੂੰ ਖੁਸ਼ਖਬਰੀ ਸੁਣਾਉਂਦਾ, ਔਰ ਦੂਜੇ ਦਿਨ ਜਦੋਂ ਬਰਾਤ ਲੈ ਕੇ ਆਉਂਦਾ ਤਾਂ ਉੱਥੇ ਕੁਛ ਵੀ ਨਹੀਂ ਹੁੰਦਾ, ਮਾਂ ਉਹਨੂੰ ਬੇਇੱਜ਼ਤ ਕਰਦੀ ਹੈ। ਪਿੰਡ ਵਾਲੇ ਇਸ ਦਿਨ ਉਹ ਇਸ ਦੁੱਖ ਵਿੱਚ ਸ਼ਹਿਰ ਚਲਾ ਜਾਂਦਾ। ਅਫਜ਼ਲ ਖਾਨ ਜਿਹੜਾ ਆਉਂਦਾ ਔਰ ਸਾਇਕਾ ਪਸੀ ਪਿਆਰ ਕਰਦੇ ਨੇ, ਸਾਇਕਾ ਜਿਹੜੀ ਹੁੰਦੀ ਹੈ ਉਹ ਉਸਦੇ ਨਾਲ ਪਿਆਰ ਕਰਦੀ ਹੈ ਲੇਕਿਨ ਉਹ ਉਹਦੇ ਨਾਲ ਪਿਆਰ ਨਹੀਂ ਕਰਦਾ। ਸਾਇਕਾ ਜਿਹੜੀ ਹੁੰਦੀ ਉਹ ਅਲਾਉਦੀਨ ਜਾਗੀਰਦਾਰ ਦੀ ਬੱਚੀ ਹੁੰਦੀ ਹੈ, ਔਰ ਜਾਗੀਰਦਾਰ ਦੀ ਵੀ ਕੋਸ਼ਿਸ਼ ਹੁੰਦੀ ਹੈ ਕਿ ਅਫਜ਼ਲ ਖਾਨ ਕਿਸ ਤਰ੍ਹਾਂ ਸ਼ਾਦੀ ਵਾਸਤੇ ਰਾਜ਼ੀ ਹੋ ਜਾਏ ਲੇਕਿਨ ਅਫਜ਼ਲ ਖਾਨ ਰਾਜ਼ੀ ਨਹੀਂ ਹੁੰਦਾ। ਜਿਹੜਾ ਸ਼ੇਰੂ ਆਉਂਦਾ ਹੈ ਉਹ ਸ਼ਹਿਰ ਪਹੁੰਚਦਾ ਅਤੇ ਸ਼ਹਿਰ ਰਿਕਾਰਡਿੰਗ ਦੇ ਉਤਰਨਾ ਆਸੀਆ 'ਤੇ ਉਹਦੀ ਨਜ਼ਰ ਪੈ ਜਾਂਦੀ ਹੈ, ਉਹ ਆਸੀਆ 'ਤੇ ਪਿੱਛੇ ਪੈ ਜਾਂਦਾ, ਇੱਕ ਮਹਿਫਲ ਆਉਂਦੀ ਹੈ, ਸਲਗਿਰਾ ਆਉਂਦੀ ਆਸੀਆ ਦੀ, ਉੱਥੇ ਉਹ ਗਾਣਾ ਆਉਂਦਾ
ਟੁੱਟ ਗਏ ਅੱਜ ਮੇਰੇ ਦਿਲ ਦੇ ਤਾਰ ਰੰਗੀਲਾ ਗਾਣਾ ਗਾਉਂਦਾ ਹੈ, ਉਹ ਫਿਲਮ ਸਾਜ਼ਾਂ ਅਤੇ ਡਾਇਰੈਕਟਰਾਂ ਦੀ ਨਜ਼ਰ 'ਚ ਆਉਂਦਾ ਹੈ ਔਰ ਲੋਕ ਉਹਨੂੰ ਕਾਸਟ ਕਰਨਾ ਸ਼ੁਰੂ ਕਰ ਦਿੰਦੇ ਨੇ, ਉਹ ਮਸ਼ਹੂਰ ਹੋ ਜਾਂਦਾ ਹੈ। ਆਸਿਆ ਦੇ ਨਾਲ ਪਿਆਰ ਕਰਦੇ ਆ, ਆਸਿਆ ਨੂੰ ਲਿਫਟ ਨਹੀਂ ਕਰਾਉਂਦੀ ਔਰ ਉਹ ਗਾਣਾ ਗਾਉਂਦਾ ਸੱਜਣਾ ਹੈ ਮਹਿਫਿਲ ਅਸਾਂ ਤੇਰੇ ਲਈ ਸਜਾਈਏ, ਆਖਰ ਆਸਿਆ ਮੰਨ ਜਾਂਦੀ ਹੈ। ਇਹਦੂ ਜਿਹੜਾ ਦੂਸਰਾ ਰੰਗੀਲਾ ਹੁੰਦਾ ਜੋ ਉਹਨੂੰ ਫਿਲਮਾਂ ਤੋਂ ਕੱਢਣਾ ਸ਼ੁਰੂ ਕਰ ਦਿੰਦੇ ਨੇ, ਉਹ ਗੁੱਸਾ ਆ ਜਾਂਦਾ ਔਰ ਉਹ ਪਤਾ ਕਰਦਾ ਔਰ ਸ਼ੇਰੂ ਦੇ ਪਿੰਡ ਦਾ ਪਤਾ ਕਰਦਾ ਔਰ ਉੱਥੇ ਜਾਂਦਾ ਔਰ ਸ਼ੇਰੂ ਦੀ ਭੈਣ ਨੂੰ ਚੁੱਕ ਕੇ ਲਿਆਉਂਦਾ ਔਰ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਦਾ, ਲੇਕਿਨ ਅਫਜ਼ਲ ਖਾਨ ਆ ਜਾਂਦੇ ਨੇ ਔਰ ਉਹਨੂੰ ਮਾਰ ਕੇ ਨਸਾ ਦਿੰਦੇ ਨੇ, ਪੁਲਿਸ ਉਹਨੂੰ ਗ੍ਰਿਫਤਾਰ ਕਰ ਲੈਂਦੀ ਹੈ। ਉਹ ਜਦੋਂ ਪਿੰਡ ਵਾਪਸ ਜਾਂਦੇ ਨੇ ਅਫਜ਼ਲ ਖਾਨ ਅਤੇ ਸ਼ੇਰੂ ਅਫਜ਼ਲ ਖਾਨ ਨੂੰ ਮਜਬੂਰ ਕਰਦਾ ਤੂੰ ਉਹਦੀ ਭੈਣ ਨਾਲ ਸ਼ੇਰੂ ਦੀ ਉਹਦੇ ਨਾਲ ਸ਼ਾਦੀ ਕਰ ਲੈਵੇ, ਉਹ ਮਜਬੂਰ ਹੋ ਕੇ ਰਾਜ਼ੀ ਹੋ ਜਾਂਦਾ। ਸਹਿਕਾ ਨੂੰ ਪਤਾ ਚੱਲਦਾ ਹੈ, ਸਹਿਕਾ ਖੁਦਕੁਸ਼ੀ ਕਰ ਲੈਂਦੀ ਹੈ, ਦੁੱਖ ਮਰ ਜਾਂਦੀ ਹੈ ਔਰ ਅਫਜ਼ਲ ਖਾਨ ਜਿਹੜਾ ਆਉਂਦਾ ਉਹ ਬੜਾ ਹੀ ਪਰੇਸ਼ਾਨ ਹੁੰਦਾ। ਨਾਜ਼ਰੀਨ, ਇਹ ਫਿਲਮ ਯੂਟਿਊਬ 'ਤੇ ਮੌਜੂਦ ਨਹੀਂ ਹੈ, ਬੜੀ ਜ਼ਬਰਦਸਤ ਫਿਲਮ ਹੈ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ, ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।